ਪ੍ਰੋਗਰਾਮ 16 ਨੇ ਸਤਜਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅੱਜ ਅਸੀਂ ਗੱਲ ਕਰਾਂਗੇ ਇੱਕ ਸਰਕਾਰ ਦੇ ਫੈਸਲੇ ਦੀ ਕਿ ਵੱਡੇ ਵੱਡੇ ਅਫਸਰਾਂ ਦੀ ਹੁਣ ਕੁਰਸੀ ਖਤਰੇ ਵਿੱਚ ਪੈ ਗਈ ਹੈ ਨੌਕਰੀ ਖਤਰੇ ਵਿੱਚ ਪੈ ਗਈ ਹੈ ਕਿਉਂਕਿ ਹੁਣ ਇਨਕੁਆਇਰੀ ਹੋਵੇਗੀ ਉਹ ਪੜਤਾਲ ਹੋਵੇਗੀ ਕਿ ਜਿਹੜੇ ਅਫਸਰਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਪੀਆਰ ਲਈ ਹੈ ਔਰ ਇੱਥੇ ਵੀ ਨੌਕਰੀਆਂ ਕਰਦੇ ਨੇ ਉਹਨਾਂ ਦੇ ਉੱਤੇ ਹੁਣ ਤਲਵਾਰ ਲਟਕੇਗੀ ਔਰ ਇੱਕ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਅਗਲੇ 10 ਸਾਲਾਂ ਲਈ ਵੀ ਪ੍ਰਧਾਨ ਚੁਣ ਲਿਆ ਪਾਰਟੀ ਦੀ ਨਵੀਂ ਰੂਪਰੇਖਾ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਹੈ ਔਰ ਇਹ ਕਿਵੇਂ ਤਿਆਰੀ ਕੀਤੀ ਗਈ ਔਰ ਸ਼੍ਰੋਮਣੀ ਅਕਾਲੀ ਦਲ ਕੀ ਇਸ ਨਾਲ ਮਜ਼ਬੂਤ ਹੋਵੇਗਾ ਹਾਲਾਂਕਿ ਉਹਨਾਂ ਨੇ ਸੁਝਾਅ ਵੀ ਮੰਗੇ ਆ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਵਰਕਰ ਕਲਾਕ ਲਾ ਕੇ ਦੱਸੇ ਕਿ ਉਹਨਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਚਾਹੀਦਾ ਇਹਨਾਂ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ ਆ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਰਕਾਰ ਦੀ ਉਸ ਫੈਸਲੇ ਬਾਰੇ ਜੇ ਉਸ ਰੂਪਰੇਖਾ ਬਾਰੇ ਗੱਲ ਕਰੀਏ ਕਿ ਅਫਸਰਾਂ ਦੀ ਕੁਰਸੀ ਆ ਜਿਹੜੀ ਨੌਕਰੀ ਖਤਰੇ 'ਚ ਕਿਵੇਂ ਆ ਬਿਲਕੁਲ ਸੰਦੀਪ ਆਪਾ ਜ਼ਿਕਰ ਕੀਤਾ ਸੀ ਕਿ ਜਿਹੜਾ ਆਰਕੇ ਸਿੰਘਲਾ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਸੋਚਿਆ ਕਿਉਂ ਨਾ ਸਾਰਿਆਂ ਦਾ ਮਸਲੇ ਤੇ ਗੱਲ ਕੀਤੀ ਜਾਵੇ ਤੋਂ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਖਲਾਸਾ ਕੀਤਾ ਕਿ ਤੁਸੀਂ ਤੇ ਛੋਟੇ ਕਰਮਚਾਰੀਆਂ ਨੂੰ ਜਾਂ ਮੁਲਾਜ਼ਮਾਂ ਨੂੰ ਰੋ ਰਹੇ ਹੋ ਕਿ ਜਿਹੜੇ ਪੰਜਾਬ 'ਚ ਨੌਕਰੀ ਕਰਦੇ ਨੇ ਤੇ ਵੱਖ-ਵੱਖ ਮੁਲਕਾਂ ਦੀ ਉਹਨਾਂ ਨੇ ਪੀਆਰ ਲਈ ਜਾਂ ਨਾਗਰਿਕਤਾ ਲਈ ਉਤੋਂ ਦੇ ਵਾਸੀ ਬਣ ਗਏ ਨੇ ਉਹਨਾਂ ਚ ਆਈਐਸ ਆਈਪੀਐਸ ਅਫਸਰ ਵੀ ਨੇ ਪੀਸੀਐਸ ਅਫਸਰ ਨੇ ਵੱਡੇ ਰੈਂਕ ਦੇ ਮਤਲਬ ਜਿਹਨੂੰ ਆਪਾਂ ਜੀਓ ਰੈਂਕ ਅਗਸਟਡ ਅਧਿਕਾਰੀ ਕਹਿ ਸਕਦੇ ਚਾਹੇ ਕੋਈ ਬੀਡੀਓ ਚਾਹੇ ਉਹ ਕੋਈ ਐਕਸੀਨਾ ਚਾਹੇ ਉਹ ਡੀਐਸਪੀ ਆ ਐਸਪੀ ਆ ਪਰ ਹੁਣ ਜਿਹੜੀ ਸਰਕਾਰ ਨੇ ਸਾਡੀ ਖਬਰ ਤੋਂ ਬਾਅਦ ਹਿਲਜੁਲ ਹੋਈ ਔਰ ਇੱਕ ਚਿੱਠੀ ਘਟਦੀ ਹੈ ਸਰਕਾਰ ਨੇ ਕਿ 5 ਤਰੀਕ ਤੱਕ ਦੁਪਹਿਰ ਦੇ 1 ਵਜੇ ਮਤਲਬ ਦੁਪਹਿਰ ਨੂੰ ਖਾਣੇ ਦਾ ਟਾਈਮ ਹੁੰਦਾ ਲੰਚ ਟਾਈਮ ਹੁੰਦਾ ਮਲਾਜਮਾਂ ਦਾ 1 ਤੋਂ 2 ਵੈਸੇ ਤਾਂ ਮਲਾਜਮ ਪੰਜਾਬ ਦੇ 12:30 ਭੱਜ ਜਾਂਦੇ ਨੇ ਵੀ ਲੰਚ ਕਰਨਾ ਫਿਰ 1:30 ਵਜੇ ਆਣਗੇ ਫਿਰ 2 ਵਜੇ ਜਾਣਗੇ ਇੱਕ ਵਰਕ ਕਲਚਰ ਹੋਈ ਪੰਜਾਬ ਦੇ ਵਿੱਚ ਘਟਾ ਸਰਕਾਰੀ ਦਫਤਰਾਂ ਦੇ ਵਿੱਚ ਉਹਨਾਂ ਨੂੰ ਕਿਹਾ ਕਿ 5 ਤਰੀਕ ਨੂੰ 1 ਵਜੇ ਤੱਕ ਸਾਰੇ ਡਿਪਾਰਟਮੈਂਟ ਲਗਭਗ ਸੰਦੀਪ ਪੰਜਾਬ ਚ 52 ਡਿਪਾਰਟਮੈਂਟ ਨੇ ਠੀਕ ਹੈ ਜੀ ਔਰ 52 ਡਿਪਾਰਟਮੈਂਟ ਦੇ ਜਿਹੜੇ ਡਾਇਰੈਕਟਰ ਨੇ ਸੈਕਟਰੀ ਨੇ ਸਾਰਿਆਂ ਨੂੰ ਚਿੱਠੀਆਂ ਪਾ ਦਿੱਤੀਆਂ ਨੇ ਕਿ ਤੁਸੀਂ 1 ਵਜੇ ਤੱਕ 5 ਤਰੀਕ ਨੂੰ ਸਾਨੂੰ ਦੱਸੋ ਇੱਕ ਪਰਫਾਰਮਾ ਭੇਜਤਾ ਸਾਰਿਆਂ ਨੂੰ ਉਹ ਪਰਫਾਰਮਾ ਭੇਜਜੂਗਾ ਕਿ ਤੁਹਾਡਾ ਨਾਮ ਕੀ ਆ ਫਾਦਰ ਦਾ ਨਾਮ ਕੀ ਆ ਕਿਹੜਾ ਡਿਪਾਰਟਮੈਂਟ ਆ ਕਿੰਨੇ ਸਾਲ ਤੋਂ ਸਰਵਿਸ ਕਰ ਰਹੇ ਹੋ ਤੁਹਾਡੇ ਕੋਲ ਕੀ ਕਿਸੇ ਦੂਜੇ ਮੁਲਕ ਦੀ ਨਾਗਰਿਕਤਾ ਹੈ ਤੁਸੀਂ ਉਥੋਂ ਦੀ ਪੀਆਰ ਲਈ ਆ ਜੇ ਲਈ ਆ ਤੇ ਮੁਲਕ ਦੱਸੋ ਕਿਹੜੇ ਦੇਸ਼ ਦੀ ਲਈ ਆ ਤੇ ਕਿਹੜੇ ਸਾਲ ਤੋਂ ਲਈ ਆ ਕਦੋਂ ਲਈ ਆ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਬਾਹਰ ਗੇੜਾ ਲਾਦਾ ਪੂਰਾ ਪਰਫਾਰਮਾ ਚਿੱਠਾ ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਚ ਘੱਟੋ ਘੱਟ ਹੁਣ 1000 ਤੋਂ ਵੱਧ ਜਿਹੜਾ ਬੰਦਾ ਉਹ ਭਗਵੰਤ ਮਾਨ ਨੂੰ ਡਿਸਮਿਸ ਕਰਨਾ ਪਏਗਾ ਕਿਉਂਕਿ ਬਹੁਤ ਸਾਰੇ ਅਫਸਰ ਨੇ ਸਭ ਤੋਂ ਵੱਧ ਜਿਨ੍ਹਾਂ ਨੇ ਨਾਗਰਿਕਤਾ ਲਈ ਉਹਨਾਂ ਚ ਟੀਚਰ ਬਹੁਤ ਜ਼ਿਆਦਾ ਡਾਕਟਰ ਬਹੁਤ ਜ਼ਿਆਦਾ ਨੇ ਪੰਜਾਬ ਦੇ ਕਿ ਇੱਥੇ ਨੌਕਰੀ ਕਰਦੇ ਨੇ ਨਾਲ ਨਾਗਰਿਕਤਾ ਉੱਥੋਂ ਦੀ ਲਈ ਆ ਕਿਉਂਕਿ ਬਹੁਤੇ ਜਿਹੜੇ ਲੋਕਾਂ ਕੋ ਪੈਸੇ ਜਿਨ੍ਹਾਂ ਦੇ 5 ਸਾਲ 6 ਸਾਲ ਪਹਿਲਾਂ ਬੱਚੇ ਬਾਹਰ ਚਲੇ ਗਏ ਸੀ ਖਾਸ ਕਰਕੇ ਕੈਨੇਡਾ ਕੈਨੇਡਾ ਵਗੈਰਾ ਚ ਉਹ ਬੱਚੇ 4 ਸਾਲ ਬਾਅਦ ਉੱਥੋਂ ਉਹਨਾਂ ਨੂੰ ਪੀਆਰ ਮਿਲ ਜਾਂਦੀ ਆ ਮੁੰਡਿਆਂ ਦੇ ਕੁੜੀਆਂ ਦੀ ਪੀਆਰ ਬੇਸ ਤੇ ਮਾਪਿਓ ਨੂੰ ਪੀਆਰ ਮਿਲ ਗਈ ਤੇ ਜਿਹੜਾ ਬੰਦੇ ਦੇ ਬੱਚੇ ਬਾਹਰ ਪੜ ਰਹੇ ਨੇ ਪੀ ਬੱਚੇ ਕੈਨੇਡਾ ਉਹਨਾਂ ਚੋਂ 60% ਤੇ ਉਹ ਵੀ ਹੈਗੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਅਧਿਕਾਰੀ ਸਨ ਹਾਰੀ ਸਾਰੀ ਜਿਹੜਾ ਬੰਦਾ ਉਹ ਆਪਣੇ ਬੱਚਾ ਤੇ ਭੇ ਨਹੀਂ ਸਕਦਾ ਕਿਉਂਕਿ ਜੇ ਤੁਸੀਂ ਕੈਨੇਡਾ ਬੱਚਾ ਪੜਾਉਣਾ ਘੱਟੋ ਘੱਟ 22 25 ਲੱਖ ਰੁਪਏ ਦਾ ਖਰਚਾ ਤੇ ਸਰਕਾਰੀ ਮੁਲਾਜ਼ਮ ਨੂੰ ਤਾਂ ਲੋਨ ਵੀ ਮਿਲ ਜਾਂਦਾ ਫੰਡ ਵੀ ਹੁੰਦਾ ਤੋ ਉਹ ਬੱਚੇ ਨੂੰ ਤੇ ਉੱਥੇ ਪੀਆਰ ਮਿਲ ਗਈ ਉੱਥੇ ਉਹਨੇ 5 ਸਾਲ ਬਾਅਦ ਵਿਆਹ ਵੀ ਕਰਾ ਲੈਂਦਾ ਨਿਆਣਾ ਵੀ ਹੋ ਜਾਂਦਾ ਫਿਰ ਦਾਦਾ ਦਾਦੀ ਉੱਥੇ ਚਲੇ ਵੀ ਜਾਂਦੇ ਨੇ ਤੋ ਜੋ ਦਾਦਾ ਦਾਦੀ ਜਾਂਦੇ ਨੇ ਤੇ ਲਾਜ਼ਮੀ ਤੌਰ ਤੇ ਉਹਨਾਂ ਪੀਆਰ ਲੈ ਲਈ ਤੇ ਹੁਣ ਪੀਆਰ ਦੇ ਚੱਕਰ ਚ ਉਹਨ ਭਗਵੰਤ ਮਾਨ ਸਾਹਿਬ ਨੂੰ ਇੱਕ ਵੱਡਾ ਜਿਗਰਾ ਕਰਨਾ ਪੈਣਾ 1000 ਦੇ ਕਰੀਬ ਆ ਜੋ ਸਾਨੂੰ ਜਾਣਕਾਰੀ ਹੈ ਘੱਟ ਵੀ ਸਕਦੇ ਨੇ ਪਰ ਮੋٹے ਤੌਰ ਤੇ ਕਾਨੂੰਗੋ ਪਟਵਾਰੀ ਮਾਸਟਰ ਡਾਕਟਰ ਕਲਰਕ ਵੱਡੇ ਅਫਸਰ ਐਕਸੀਜਨ ਐਸ ਡੀਓ ਆਈਐਸ ਉਹ ਵੀ ਹੁਣ ਡਿਸਮਿਸ ਕਰਨੇ ਪੈਣਗੇ ਕੀ ਸਰਕਾਰ ਦੇ ਕੋਲੇ ਕਿਹ ਹੀ ਰਾਹ ਆ ਕਿ ਡਿਸਮਿਸ ਕੀਤੇ ਜਾਣ ਜਿਨ੍ਹਾਂ ਕੋਲ ਪੀਆਰ ਹੈ ਬਾਹਰਲੇ ਮੁਲਕਾਂ ਦੀ ਜਾਂ ਫਿਰ ਇੱਕ ਮੌਕਾ ਦਿੱਤਾ ਜਾਏਗਾ ਜਾਂ ਪੀਆਰ ਛੱਡ ਦਿਓ ਜਾਂ ਨੌਕਰੀ ਛੱਡ ਦਿਓ ਦੇਖੋ ਜੇ ਆਰਕੇ ਸਿੰਘਲਾ ਨੂੰ ਤੁਸੀਂ ਡਿਸਮਿਸ ਕਰ ਦਿੱਤਾਗਾ ਤੇ ਬਾਕੀ ਤੇ ਫਿਰ ਮਾਮੇ ਦੇ ਧੀਆ ਪੁੱਤ ਤਾਂ ਨਹੀਂ ਆਗੇ ਜੱਪੂ ਆ ਦਿੱਤੀ ਆ ਪੁੱਤ ਤੇ ਨਹੀਂ ਆਗੇ ਜੇ ਆਰਕੇ ਸਿੰਘਲੇ ਨੂੰ ਡਿਸਮਿਸ ਕੀਤਾਗਾ ਤੇ ਫਿਰ ਉਹਨਾਂ ਨੂੰ ਵੀ ਡਿਸਮਿਸ ਕਰ ਰੂਲ ਨਹੀਂ ਆਗੇ ਇਹ ਤੇ ਹੈਗੇ ਨੇ ਕਿ ਤੁਸੀਂ ਅ 5 ਸਾਲ ਦੀ ਛੁੱਟੀ ਲੈ ਕੇ ਚਲੇ ਜਾਂਦੇ ਹੋ ਵਿਦਆਊਟ ਸੈਲਰੀ ਤਨਖਾਹ ਪਰ ਤੁਸੀਂ ਤੇ ਪੀਆਰ ਲੈ ਲਈ ਔਰ ਇਹ ਥੋੜਾ ਕਿ ਤੁਸੀਂ ਇੱਥੇ 5 ਸਾਲ ਨੌਕਰੀ ਛੱਡ ਕੇ ਉਹਨਾਂ ਚ ਨਵਾਂ ਬੰਦਾ ਭਰਤੀ ਕਰ ਲੋ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੀ ਇੱਥੇ 80 80 90 90 ਲੱਖ ਲੱਖ ਸਵਾ ਲੱਖ ਡੇਢ ਲੱਖ ਰੁਪਏ ਤਨਖਾਹ ਆਈਐਸ ਅਫਸਰ ਤੇ ਜਦੀ ਸਰਵਿਸ ਉਹਦਾ ਕਟੋ ਕਟੋ 2.5 ਲੱਖ ਰੁਪਏ ਹੋਊਗਾ ਸਰਕਾਰੀ ਕੋਠੀ ਵੀ ਨਿਆਣੀ ਉੱਤੇ ਆ ਔਰ ਇਹ ਜਿਹੜਾ ਖਾਸ ਕਰਕੇ ਸਿਰ ਪੰਜਾਬ ਨਹੀਂ ਬਾਕੀ ਪਰਦੇਸ ਦੇ ਵਿੱਚ ਵੀ ਆ ਆ ਇਦਾਂ ਦੀ ਕਲਚਰ ਔਰ ਬਹੁਤ ਇਹ ਜਿਹੜੇ ਜਾ ਕੇ ਨਵਾਂ ਵਿਆਹ ਜਿਹੜੇ ਅਫਸਰ ਨੇ ਜਾਂ ਨਿਆਣਾ ਉੱਥੇ ਜਾ ਕੇ ਜੰਮਦੇ ਨੇ ਮਤਲਬ ਮਾਟਰਨਿਟੀ ਲੀਵ ਚਲੇ ਜਾਂਦੇ ਨੇ ਉੱਥੇ ਜਾ ਕੇ ਨਿਆਣਾ ਜੰਮਦੇ ਨੇ ਉੱਥੇ ਨਿਆਣਾ ਪੱਕਾ ਕਿਉਂਕਿ ਉਥੋਂ ਦੇ ਕਾਨੂੰਨ ਇਹ ਨੇ ਕਿ ਜੇ ਉੱਥੇ ਨਿਆਣਾ ਹੋ ਗਿਆ ਹਸਪੀਟਲ ਰਜਿਸਟ੍ਰੇਸ਼ਨ ਬੱਚਾ ਦੇ ਸਿਟੀਜ਼ਨ ਬਣ ਗਿਆ ਤੇ ਬਾਅਦ ਚ ਮਾਪੇ ਵੀ ਬਹੁਤ ਸਾਰੇ ਅਫਸਰਾਂ ਦੇ ਜਿਹੜੇ ਨਿਆਣੇ ਨੇ ਉੱਥੇ ਪੈਦਾ ਹੋਏ ਨੇ ਪਿੱਛੇ ਜੇ ਅੱਜ ਤੋਂ 2012-13 ਦੀ ਗੱਲ ਹੈ ਇੱਕ ਉੱਥੋਂ ਦਾ ਰੂਲ ਸੀ ਡੈਨਮਾਰਕ ਇੰਡੀਆ ਨੇ ਜੋੜਾ ਗਿਆ ਸੀ ਡਾਕਟਰ ਸੀ ਤੇ ਉੱਥੇ ਅਬੋਰਸ਼ਨ ਦਾ ਜਿਹੜਾ ਇਸ਼ੂ ਨੂੰ ਲੈ ਕੇ ਪੰਗਾ ਪੈ ਗਿਆ ਕਿਉਂਕਿ ਬੱਚਾ ਉੱਥੇ ਨਹੀਂ ਕਰ ਸਕਦੇ ਅਬੋਰਸ਼ਨ ਵਗੈਰਾ ਕਿਉਂਕਿ ਹਿੰਦੁਸਤਾਨ ਚ ਤੇ ਹੋ ਜਾਂਦਾ ਨੇ ਉੱਥੇ ਬੜਾ ਰੌਲਾ 12-13 ਦੇ ਵਿੱਚ ਪੰਗਾ ਪਿਆ ਸੀ ਉਹ ਗਏ ਨਿਆਣਾ ਜੰਮਣ ਸੀ ਕਿ ਉੱਥੋਂ ਦੀ ਸਿਟੀਜ਼ਨ ਮਿਲ ਜੂਗੀ ਕਿ ਡਾਕਟਰ ਸੀ ਆਪਣੇ ਸਾਊਥ ਇੰਡੀਆ ਦੇ ਸੀ ਉਦਾਂ ਹੀ ਪੰਜਾਬ ਵਾਲੇ ਵੀ ਕਰਦੇ ਨੇ ਕਿ ਇੱਕ ਤਾਂ ਚਲੋ ਨਿਆਣੇ ਚਲ ਗਏ ਜਿਹੜੇ ਨਵੇਂ ਵਿਆਹ ਜੋੜੇ ਨਿਆਣੇ ਉੱਥੇ ਜਾ ਕੇ ਜੰਮਦੇ ਨੇ ਤੇ ਬਹੁਤ ਸਾਰੇ ਅ fırsਰ ਨੇ ਤੇ ਮੈਨੂੰ ਲੱਗਦਾ ਹੈ ਕਿ ਦੇਖੋ ਭਗਵੰਤ ਮਾਨ ਸਾਹਿਬ ਦਾ ਵਧੀਆ ਕੰਮ ਆ ਕਿ ਜੇ ਤੁਸੀਂ ਆਪਣੇ ਪੰਜਾਬ ਦੇ ਨਹੀਂ ਹੋਏ ਜਿਸ ਪੰਜਾਬ ਨੇ ਤੁਹਾਨੂੰ ਨੌਕਰੀ ਦਿੱਤੀ ਆ ਪੰਜਾਬ ਨੂੰ ਤੁਸੀਂ ਸੇਵਾ ਕਹਿੰਦੇ ਕਰਨੀ ਹੈਗੀ ਆ ਤੁਸੀਂ ਟੌਰ ਵਾਲੀ ਨੌਕਰੀ ਆ 9 ਵਜੇ ਜਾਂਦੇ ਜੇ ਕਹਨੂ 9 ਵੇ ਟਾਈਮ ਆਉਣ ਵਾਲਾ ਸ਼ਾਮ ਦਾ 5 ਵਜੇ 10 ਵਜੇ ਤੁਸੀਂ ਜਾਣਦੇ ਨੇ ਜਾ ਕੇ ਕੰਪਿਊਟਰ ਨੂੰ ਆਨ ਕਰਦੇ ਨੇ ਗੱਪਾਂ ਜਾ ਕੇ ਮਾਰਦੇ ਕੋਈ ਉਸ ਉਸ ਕੋ ਨੇ ਚਾਹ ਪੀ ਲਈ ਜਾ ਕੇ ਤੁਸੀਂ 11 ਵਜੇ ਕੰਮ ਸ਼ੁਰੂ ਕਰਦੇ ਨੇ ਫਿਰ ਸਾਢੇ 12 ਤੁਸੀਂ ਰੋਟੀ ਖਾਣ ਦੇ ਬਾਹਰ ਨਹੀਂ ਦਫਤਰਾਂ ਚੋਂ ਨਿਕਲ ਜਾਂਦੇ ਜੇ 5 ਵਜੇ ਸਰਕਾਰੀ ਛੁੱਟੀ ਦਫਤਰ ਦੇ ਜੀ ਤੁਸੀਂ ਸਵਾਚਾਰ ਨਿਕਲ ਆਉਂਦੇ ਜੇ ਤੁਸੀਂ ਪੰਜਾਬ ਦੀ ਇੱਥੇ ਚੰਡੀਗੜ੍ਹ ਮਿਨੀ ਸੈਕਟਰੀਏਟ ਦੇਖ ਲਓ ਜਾਂ ਮੇਨ ਸੈਕਟਰੀਏਟ ਦੇਖ ਲਓ 9 ਵਜੇ ਤੋਂ ਪਹਿਲਾਂ ਖਾਲੀ ਪਾਰਕਿੰਗ ਹਾਲਾਂਕਿ 9 ਵਜੇ ਟਾਈਮ ਹੈ ਹੋਣਾ ਤੇ ਚਾਹੀਦਾ ਸਾਢੇ 8 ਪਾਰਕਿੰਗ ਫੁੱਲ ਹੋ ਜੇ ਤੇ ਸ਼ਾਮ ਨੂੰ 5 ਵਜੇ ਪਾਰਕਿੰਗ ਖਾਲੀ ਹੋਣੀ ਚਾਹੀਦੀ ਆ ਉਹ ਸਵਾ ਚਾਰ ਖਾਲੀ ਹੋ ਜਾਏਗੀ ਕੋਈ ਵਾਲੀ ਵਾਰਸ ਨਹੀਂ ਲੇਕਿਨ ਹੁਣ ਅਗਰ ਭਗਵੰਤ ਮਾਨ ਸਾਹਿਬ ਨੇ ਅਗਰ ਚੰਗਾ ਕੰਮ ਕੀਤਾ ਕਿ ਜਿਹੜੇ ਅਫਸਰਾਂ ਨੇ ਦੂਜੇ ਮੁਲਕਾਂ ਦੀ ਨਾਗਰਿਕਤਾ ਲਈ ਆ ਉਹ ਅਗਰ ਡਿਸਮਿਸ ਕਰਨ ਤੇ ਬਹੁਤ ਅੱਛਾ ਉਹਨਾਂ ਦੀ ਜਗ੍ਹਾ ਨਵੇਂ ਮੁੰਡੇ ਕੁੜੀਆਂ ਭਰਤੀ ਕਰਨ ਜਿਹੜੇ ਹੁਣ ਭਗਵੰਤ ਮਾਨ ਕਹਿੰਦੇ ਕਿ ਸਾਡੀ ਸਰਕਾਰ ਆਊਗੀ ਤੇ ਕਿਸੇ ਦੇ लाਠੀ ਚਾਰਜ ਨਹੀਂ ਚੱਲੇਗਾ ਉਹ ਵੀ ਹੁਣ ਜਿੱਤਾਂ ਵਿੜੇ ਚ ਪਈਆਂ ਛੱਲੀਆਂ ਹੁੰਦੀਆਂ ਤੇ ਡਾਂਗਣਾਂ ਨੇ ਕੁੱਟੀਆਂ ਵੀ ਤੁੱਕੇ-ਤੁੱਕੇ ਵੱਖਰੇ ਹੋਣੇ ਤੇ ਦਾਣੇ-ਦਾਣੇ ਵੱਖਰੇ ਹੋਣੇ ਉਹਦੇ ਕੁੱਟੀਆਂ ਕੁੱਟੇ ਜਾ ਰਹੇ ਨੇ ਬਰੋਜਗਾਰ ਟੀਚਰ ਇਹ ਜਿਹੜਾ ਲਾਣਾ ਜਿਹੜਾ ਬਾਹਰ ਜਾ ਕੇ ਨਾਗਰਿਕਤਾ ਲੈ ਕੇ ਬੈਠਾ ਸੈਟ ਇਹਨਾਂ ਨੂੰ ਬਾਹਰ ਕਢੋ ਉਦਾਂ ਦੀ ਜਗ੍ਹਾ 1000 ਮੁੰਡਾ ਰੱਖਣ ਤੁਸੀਂ 3 ਸਾਲ ਤੇ 15000 ਬੇਸਿਕ ਦੇਣੀਆਂ ਉਹਨਾਂ ਨੂੰ ਤੁਸੀਂ 1.5 ਲੱਖ ਰੁਪਏ ਦੇਣੇ ਪੈਸੇ ਬਚਣਗੇ ਹੱਲ ਲੱਭੇ ਜਾ ਸਕਦਾ ਦੂਜੀ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਨੇ ਬੜੇ ਇੱਕ ਕੌਨਫੀਡੈਂਸ ਦੇ ਨਾਲ ਢਾਂਚਾ ਜਿਹੜਾ ਪਾਰਟੀ ਦਾ ਪਹਿਲਾਂ ਜਦੋਂ ਭੰਗ ਕੀਤਾ ਗਿਆ ਉਦੋਂ ਬਾਅਦ ਨਵੀਂ ਰੂਪਰੇਖਾ ਲਾਣ ਦਿੱਤੀ ਤੇ ਆਪਣੇ ਆਪ ਨੂੰ ਉਸ ਦੇ ਵਿੱਚ ਇੱਕ ਵੱਡਾ ਉਹਦਾ ਜਿਹੜਾ ਪਾਰਟੀ ਦਾ ਹੁੰਦਾ ਹੈ ਪ੍ਰਧਾਨਗੀ ਦਾ ਉਹ ਆਪਣੇ ਕੋਲ ਰੱਖ ਲਿਆ ਅਗਲੇ ਕਈ ਸਾਲਾਂ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਰਿਕਾਰਡ ਬਣਾਤਾ ਕਿ ਸੁਬੀ ਮੈਂ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਗਲੇ 10 ਸਾਲਾਂ ਵਾਸਤੇ ਪ੍ਰਧਾਨ ਨਿਯੁਕਤ ਕਰਦਾ ਕਮਾਲ ਆ ਯਾਰ ਪਾਰਟੀ ਐਡੀ ਵੱਡੀ ਪਾਰਟੀ ਜਿਸ ਪਾਰਟੀ ਦੀ 1920 ਦੇ ਵਿੱਚ ਨੀ ਰੱਖੀ ਹੋਵੇ ਇਹਨੀ ਸੁਚੀ ਤੇ ਉੱਚੀ ਸੋਚ ਦੇ ਨਾਲ 100 ਸਾਲ ਬਾਅਦ ਪਾਰਟੀ ਦਾ ਇਹ ਹਸ਼ਰ ਤੇ ਨਸ਼ਰ ਹੋ ਜੇ ਔਰ ਪਾਰਟੀ ਹਲੇ ਤੱਕ ਸਮਝ ਨਹੀਂ ਰਹੀ ਹੈਗੀ ਔਰ ਆਪੇ ਕੈਸੇ ਆਪੇ ਪ੍ਰਧਾਨ ਲਾਣਿਆ ਔਰ ਸ਼ਰਮਨੀ ਕਾਲੀ ਦਲ ਜਦ ਬਸ ਕੀ ਜੇ ਕ ਫੈਸਲਾ ਲੈ ਬੋਲੇ ਸੋਨਿਆਲ ਸਤਸ੍ਰੀਆ ਕਾਲ ਜਕਾਰਾ ਛੱਡ ਦੇਣਾ ਪਿੱਛੇ ਸਾਰਿਆਂ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੁਣ ਐਮੈਂਡਮੈਂਟ ਕੀਤੀਆਂ ਸੋਧਾਂ ਕੀਤੀਆਂ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਜਿਹੜੀ ਕਮੇਟੀ ਬਣੀ ਸੀ ਪੀ ਇੱਕ ਪਰਿਵਾਰ ਨੂੰ ਇੱਕ ਟਿਕਟ ਮਿਲੂਗੀ ਇਹਦੇ ਜ਼ਿਕਰ ਨਹੀਂ ਕੀਤਾ ਹੈਗਾ ਕਿ ਇਹ ਨਾ ਨਾ ਹੋਵੇ ਇੱਕ ਪਰਿਵਾਰ ਇੱਕ ਵਾਰ ਲੋਕ ਸਭਾ ਲੜ ਲੇ ਦੂਜਾ ਪਰਿਵਾਰ ਦਾ ਮੈਂਬਰ ਜਾ ਕੇ ਵਿਧਾਨ ਸਭਾ ਲੜ ਲੇ ਇਹ ਕਹਿਣਾ ਚਾਹੀਦਾ ਕਿ ਇੱਕ ਪਰਿਵਾਰ ਕਿਸੇ ਵੀ ਇੱਕ ਟੱਬਰ ਦਾ ਜਿਹੜਾ ਬੰਦਾ ਚਾਹੇ ਉਹ ਵਿਧਾਨ ਸਭਾ ਲੜ ਰਿਹਾ ਚਾਹੇ ਉਹ ਲੋਕ ਸਭਾ ਲੜ ਰਿਹਾ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਲੜ ਰਿਹਾ ਚਾਹੇ ਉਹ ਬਲਾਕ ਸਮਤੀ ਲੜ ਰਿਹਾ ਇੱਕ ਹੀ ਮਿਲੂਗੀ ਚਾਹੇ ਉਹ ਵਿਧਾਨ ਸਭਾ ਦੀ ਲੜ ਲੇ ਚਾਹੇ ਲੋਕ ਸਭਾ ਦੀ ਲੜ ਲੇ ਪਰ ਹੁਣ ਮੈਨੂੰ ਲੱਗਦਾ 224 ਜੀ ਜੋ ਵੋਟਾਂ ਪੈਣਗੀਆਂ ਨਾ ਜੀ ਉਹ ਤਾਂ ਫਿਰ ਪਾਰਟੀ ਜਿਹੜੇ ਸੁਬੀਰ ਸਿੰਘ ਬਾਦਲ ਨੂੰ ਬਹੁਤ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਕਹਿਣਗੇ ਜੀ ਦੇਖੋ ਪਾਰਟੀ ਦੀ ਬਹੁਤ ਜ਼ਿਆਦਾ ਲੋਡ ਹੈ ਸਾਨੂੰ ਬਠਿੰਡਾ ਵੀ ਲੜਨੀ ਪੈਣੀ ਆ ਸਾਨੂੰ ਫਿਰੋਜ਼ਪੁਰ ਫਿਰੋਜ਼ਪੁਰ ਵੀ ਲੜਨੀ ਪੈਣੀ ਆ ਤੇ ਪਾਰਟੀ ਇਹ ਸੁਬੀਰ ਸਿੰਘ ਬਾਦਲ ਨੂੰ ਹੁਕਮ ਦਿੰਦੀ ਆ ਕਿ ਬਾਦਲ ਪਰਿਵਾਰ ਇਹ ਦੋਨਾਂ ਟਿਕਟਾਂ ਤੇ ਲੜੇ ਇਹ ਇਹ ਹੋਏਗਾ ਇਹ ਹੋਏਗੀ ਆਵਾਜ਼ ਵੀ ਕਹਿ ਦਿੱਤਾ ਜਾਏਗਾ ਕੁਰਬਾਨੀ ਦੀ ਲੋੜ ਹੈ हां ਵੀ ਪਾਰਟੀ ਨੂੰ ਮਜ਼ਬੂਤੀ ਦੀ ਲੋੜ ਆ ਪਾਰਟੀ ਦੀ ਗਵਾਹੀ ਸੁਬੀਰ ਸਿੰਘ ਬਾਦਲ ਹੀ ਕਰ ਸਕਦੇ ਨੇ ਤੇ ਇਸ ਕਰਕੇ ਇਸ ਪਾਰਟੀ ਦੀ ਸਾਡਾ ਫੈਸਲਾ ਕਿ ਅਸੀਂ ਸੁਬੀਰ ਸਿੰਘ ਬਾਦਲ ਨੂੰ ਕਹਿੰਦੇ ਕਿਉਂਕਿ ਫਿਰ ਕਹਿਣਗੇ ਕਿ ਪਾਰਟੀ ਸੁਪਰੀਮ ਆ ਹੁਣ ਤੇ ਸੁਬੀਰ ਸਿੰਘ ਬਾਦਲ ਸੁਪਰੀਮ ਨੇ ਫਿਰ ਕਹਿਣਗੇ ਪਾਰਟੀ ਸੁਪਰੀਮ ਆ ਔਰ ਜਾਂ ਪੰਜ ਪ੍ਰਧਾਨੀ ਕਹਿ ਦੇਣਗੇ ਕਿ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਉਹ ਫੈਸਲਾ ਸਨਾਨਦਨਗੀ ਕਿ ਇਸ ਕਰਕੇ ਜਿਹੜਾ ਬਠਿੰਡਾ ਤੋਂ ਜਿਹੜੇ ਬੀਬੀ ਹਰਸਿਮਰ ਕੌਰ ਬਾਦਲ ਹੀ ਲੜਨਗੇ ਔਰ ਫਿਰੋਜ਼ਪੁਰ ਤੋਂ ਸੁਭੀ ਸਿੰਘ ਬਾਦਲ ਲੜਨਗੇ ਹੋ ਸਕਦਾ ਹਾਲਾਂਕਿ ਚਲੋ ਬਹੁਤ अर्ਲੀ ਗੱਲ ਹੈ ਲੇਕਿਨ ਇਸ ਪਰਿਵਾਰ ਨੂੰ ਛੋਟ ਹੋ ਸਕਦੀ ਹੈ ਪਰ ਜਿਹੜੇ ਬਾਕੀ ਢਾਂਚੇ ਤੁਸੀਂ ਕਰ ਰਹੇ ਨੇ ਪਹਿਲੀ ਗੱਲ ਹੈ ਕਿ ਤੁਹਾਡੇ ਕੋਲ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਤੁਸੀਂ ਜਾਣ ਬੁਝ ਕੇ ਉਹਨੂੰ ਖਤਮ ਕੀਤਾ ਡਫੰਕ ਕੀਤਾ ਇੱਕ ਸੋਈ ਬਣਾਤੀ ਹੁਣ ਪਿੱਛੇ ਜਿਹੜੇ ਸੋਈ ਦੇ ਪ੍ਰਧਾਨ ਹਜੇ ਤੱਕ ਹੁਣ ਬਣੇ ਨੇ ਉਹ ਜ਼ਿਆਦਾ ਹੈ ਤੇ ਚਲੋ ਸਿਕ ਭਾਈਚਾਰੇ ਨਾਲ ਸੰਬੰਧ ਰੱਖਦੇ ਲੇਕਿਨ ਹੈ ਸਾਰੇ ਕੋਨੇ ਮੋਨੇ ਤੇ ਪਿੱਛੇ ਜੇ ਮਨਜਿੰਦਰ ਸਿੰਘ ਸਿਰਸਾ ਨੇ ਚੰਗੀ ਇੱਕ ਸੀ ਫਲਾਈ ਇਹਨਾਂ ਦੀ ਤੇ ਜਿਹੜੇ ਰੌਬਨ ਬਰਾੜ ਨੇ ਜਿਹੜੇ ਸੋਈ ਦੇ ਪ੍ਰਧਾਨ ਨੇ ਉਹਨਾਂ ਨੂੰ ਪੱਗ ਬੰਨਣੀ ਪਈ ਕਿ ਯਾਰ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਿੰਗ ਦੇ ਵਿੱਚ ਬੰਦਾ ਪ੍ਰਧਾਨ ਹੋਵੇ ਤੇ ਉਹਦਾ ਪ੍ਰਧਾਨ ਪੱਗ ਤੋਂ ਬਿਨਾ ਹੋਵੇ ਤੇ ਉਹ ਚੰਗਾ ਲੱਗਦਾ ਹੈਗਾ ਤੇ ਇਦਾਂ ਦੀਆਂ ਐਮੈਂਡਮੈਂਟ ਐਮੈਂਡਮੈਂਟ ਕਰਨ ਦੀਆਂ ਲੋੜ ਆ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਕਹਿੰਦੇ ਨੇ ਪੰਥਕ ਪੰਥਕ ਰੂਹਾਂ ਲੈ ਕੇ ਆਉਣੀਆਂ ਤੇ ਉਹ ਪੰਥਕ ਬੰਨਾ ਪਊਗਾ ਇਹ ਨਹੀਂ ਹੈ ਕਿ ਤੁਸੀਂ ਆਪ ਕਹਤਾ ਕਿ ਇੱਕ ਪਰਿਵਾਰ ਇੱਕ ਟਿਕਟ ਲੜੂਗਾ ਇੱਥੋਂ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿੱਨਾਂ ਚੋਣ ਲੜਨੀ ਉਹਨਾਂ ਦੇ ਨਿਆਣੇ ਵੀ ਸਾਬਤ ਸੂਰਤ ਸਿੱਖ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਤੋਂ ਚੋਣ ਲੜਨੀ ਉਹਨਾਂ ਦੇ ਨਿਆਣੇ ਵੀ ਸਾਬਤ ਸੂਰਤ ਸਿੱਖ ਹੋਣੇ ਚਾਹੀਦੇ ਨੇ ਇਹਨੂੰ ਪੰਥ ਕਹਿ ਸਕਦੇ ਇਹਨੂੰ ਨਹੀਂ ਪੰਥ ਕਹਿ ਸਕਦੇ ਕਿ ਇੱਕ ਪਰਿਵਾਰ ਚੋਂ ਇੱਕ ਟਿਕਟ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਵੀ ਪਾਰਟੀ ਦੇ ਵਿੱਚ ਇਹ ਰੂਲ ਨਹੀਂ ਹੈਗਾ ਕਿ 10 ਸਾਲ ਪ੍ਰਧਾਨ ਰਵੇ ਮਤਲਬ ਤੁਸੀਂ 2008 ਤੋਂ ਸੁਭੀ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ 2008 ਤੇ 14 22 ਸਾਲ ਹਨਾ 14 ਸਾਲ ਹੋ ਗਏ ਤੇ 1995 ਤੋਂ ਲੈ ਕੇ 2008 ਤੱਕ ਪ੍ਰਕਾਸ਼ ਸਿੰਘ ਬਾਦਲ ਰਹੇ 13 ਸਾਲ ਹੋ ਗਏ 14 ਸੁਖਬੀਰ ਦੇਗੇ 27 ਸਾਲ ਤੋਂ ਬਾਦਲ ਪਰਿਵਾਰ ਪ੍ਰਧਾਨਗੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਸੁਖਬੀਰ ਸਿੰਘ ਬਾਦਲ ਨੂੰ ਮਿਲ ਗਏ ਠੀਕ ਹੈ ਜੀ 27 ਤੇ 10 37 ਤੇ ਸੋਖਣਾ ਪੰਜਾਂ ਸਾਲਾਂ ਨੂੰ ਨੰਤਵੀਰ ਸਿੰਘ ਬਾਦਲ ਹੋਣਾ ਨੇ ਵੀ ਗੱਭਰੂ ਹੋਏ ਨਾ ਜਵਾਨ ਹੋਏ ਨਾ ਫਿਰ ਉਹ ਵੀ ਟਿਕਟ ਲੜਨਗੇ ਲੰਬੀ ਤੋਂ ਜਾਂ ਕਿਤੇ ਲੜਨਗੇ ਤੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੀਦਲ ਦੇ ਲੀਡਰ ਬੋਲਦੇ ਨਹੀਂ ਹੋਣਾ ਉਹਨਾਂ ਨੂੰ ਪਤਾ ਕਿ ਸੁਬੀਰ ਸਿੰਘ ਬਾਦਲ ਪ੍ਰਧਾਨ ਜੇ ਬੋਲਾਂਗੇ ਤੇ ਪੰਗਾ ਪਊਗਾ ਪਾਰਟੀ 'ਚ ਉਹਨਾਂ ਨੇ ਜੇ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਆਪਣੇ 70 ਸਾਲਾ ਹੇਠ ਸੁਬੀ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਤਾ ਤੇ ਲਾਜ਼ਮੀ ਤੌਰ ਤੇ ਪੰਜਾਬ ਦੀ ਜਨਤਾ ਨੇ ਸੋਚਣਾ ਸ਼ੁਰੂ ਕਰ ਦਿੱਤਾ 1-2 ਦਿਨਾਂ ਵਿੱਚ ਮੀਮਸ ਬਣਨੇ ਸ਼ੁਰੂ ਹੋ ਜਾਣਗੇ ਫੇਸਬੁੱਕ ਤੇ ਟਿੱਪਣੀਆਂ ਸਿੱਟਣੀਆਂ ਆਉਣੀਆਂ ਸ਼ੁਰੂ ਹੋ ਜਾਣਗੇ ਕਿ ਹੁਣ ਇਸ ਟਾਈਮ ਸੁਬੀ ਸਿੰਘ ਬਾਦਲ ਹੁੰਦੀ ਕਰੀਬ 60 ਸਾਲ ਉਮਰ ਆ 10 ਸਾਲ ਹੋਰ ਪ੍ਰਧਾਨਗੀ ਪੱਕੀ ਹੋ ਗਈ 60 ਦੇ 10 70 ਸਾਲ ਠੀਕ ਹੈ ਜੀ ਤੇ ਜਦੋਂ ਸੁਬੀ ਸਿੰਘ ਬਾਦਲ 70 ਸਾਲ ਦੇ ਹੋਣਗੇ ਉਦੋਂ ਪਾਰਟੀ ਤੇ ਪੂਰੀ ਤਰ੍ਹਾਂ ਸੁਬੀ ਸਿੰਘ ਬਾਦਲ ਦਾ ਕੰਟਰੋਲ ਹੋ ਜਾਏਗਾ ਉਦੋਂ ਨੂੰ ਸੁਖਨਾ ਅਨੰਤ ਵੀਰ ਸਿੰਘ ਬਾਦਲ ਇਸ ਟਾਈਮ ਉਹ ਹੋ ਗਏ ਨੇ 19-20 ਸਾਲ ਦੇ ਦਸਾਂ ਸਾਲਾਂ ਨੂੰ ਹੋ ਜਾਣਗੇ 29-30 ਸਾਲ ਦੇ ਕਿ ਉਦੋਂ ਉਹ ਪ੍ਰਧਾਨਗੀ ਵਾਲੀ ਲਾਈਨ 'ਚ ਲੱਗ ਜੂਗਾ ਜਾਂ ਯੂਥ ਕਾਲੀ ਦਲ ਦੀ ਪ੍ਰਧਾਨਗੀ ਤੇ ਜਾਂ ਵੱਡੀ ਪਾਰਟੀ ਦੀ ਪ੍ਰਧਾਨਗੀ ਇਹ ਇਹ ਬਾਦਲ ਪਰਿਵਾਰ ਦੀ ਇੱਕ ਰਣਨੀਤੀ ਆ ਭਵਿੱਖ ਦੀ ਸੋਚ ਆ ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਪਾਰਟੀ ਦਾ ਇਸ ਟਾਈਮ ਹਸ਼ਰ ਤੇ ਨਸ਼ਰ ਕੀ ਆ ਗੁੱਸਾ ਤੇ ਲੋਕਾਂ ਨੂੰ ਕੱਢਣਾ ਚਾਹੀਦਾ ਕੈਪਟਨ ਮਰੀਂਦਰ ਸਿੰਘ ਤੇ ਤੇ ਚਰਨਜੀਤ ਸਿੰਘ ਚੰਨੀ ਦੇ ਠੀਕ ਹੈ ਜੀ ਕਿਉਂਕਿ ਪਿਛਲੇ 5 ਸਾਲ ਉਹਨਾਂ ਦੇ ਤੇ ਸਜ਼ਾ ਹੱਲੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੀ ਆ ਉਹ ਉਹ ਜਿਹੜਾ ਕੰਧ ਤੇ ਲਿਖਿਆ ਜਿਹੜਾ ਪੜਨਾ ਚਾਹੀਦਾ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਕੰਧ ਤੇ ਲਿਖਿਆ ਜਿਹੜਾ ਲਿਖਿਆ ਨਾ ਉਹ ਅਕਾਲੀ ਦਲ ਦਾ ਕੋਈ ਵੀ ਲੀਡਰ ਪੜਨ ਨੂੰ ਤਿਆਰ ਨਹੀਂ ਤੇ ਜੇ ਕੋਈ ਪੜ ਕੇ ਦੱਸਣ ਦੀ ਖੋਜ ਖੇਚਲ ਕਰ ਰਿਹਾ ਉਹਨੂੰ ਕਹਿ ਦਿੰਦੇ ਨੇ ਕਿ ਇਹ ਜੀ ਉਹ ਜਹੀਆਂ ਸਿਆਸੀ ਸ਼ਕਤੀਆਂ ਨਾਲ ਮਿਲ ਚੁੱਕੇ ਨੇ ਅਨੁਸ਼ਾਸਨ ਭੰਗ ਕਰਦਾ ਅਨੁਸ਼ਾਸਨ ਭੰਗ ਨਹੀਂ ਕਰਦਾ ਕਿ ਜਿਹੜਾ ਕਾਲੀ ਦਲ ਨੂੰ ਡੈਮੇਜ ਕਰੇ ਕਾਲੀ ਦਲ ਨੂੰ ਖਤਮ ਕਰੇ ਕਿਉਂਕਿ ਕਾਲੀ ਦਲ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਠਾ ਸਕਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਕਾਲੀ ਦਲ ਮੁੱਦੇ ਠਾਉਂਦਾ ਰਿਹਾ ਲੇਕਿਨ ਪਿਛਲੇ 10-12 ਸਾਲ ਤੋਂ ਸ਼੍ਰੋਮਣੀ ਕਾਲੀ ਦਲ ਨੇ ਮੁੱਦੇ ਸੱਤਾ ਤੋਂ ਬਾਹਰ ਰਹਿ ਕੇ ਠਾਏ ਨੇ ਤੇ ਇਸ ਕਰਕੇ ਜਿਹੜਾ ਤਬਦੀਲੀਆਂ ਕੀਤੀਆਂ ਅਕਬਾਲ ਸਿੰਘ ਝੁੰਦਾ ਦੀ ਰਿਪੋਰਟ ਤੋਂ ਬਾਅਦ ਕਿ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੂਗਾ ਉਹਦੀ ਉਮਰ ਇੰਨੀ ਕਰਤੀ ਉਹਦੀ ਇੰਨੀ ਕਰਤੀ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਦੀ 3 ਸਾਲ ਉਹ ਖਾਣੀ ਚਾਹੀਦੀ ਪ੍ਰਧਾਨ ਦੀ ਉਹ ਤੇ ਕੋ ਸਿੱਧੀ 10 ਸਾਲ ਕਰਤੇ ਤੇ ਮਤਲਬ ਤੁਸੀਂ ਇਹ ਲਾ ਲਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਗਲੇ 10 ਸਾਲ ਉਸਬੀ ਸਿੰਘ ਬਾਦਲ ਰਹਿਣਗੇ ਤੇ 10 ਸਾਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਸ਼ਰ ਹੁੰਦਾ ਅੱਜ ਦੀ ਤਰੀਕਨਾ ਤੇ ਇਹ ਹੈ ਕਿ ਕਾਲੀ ਦਲ ਦਾ ਹਸ਼ਰ ਮਾੜਾ ਪੰਜਾਬ ਦੇ ਲੋਕ ਹਜੇ ਵੀ ਨਫ਼ਰਤ ਕਰਦੇ ਉਸ ਨਫ਼ਰਤ ਨੂੰ ਇਹ ਪਛਾਣ ਨਹੀਂ ਰੇ ਤੇ ਕਾਲੀ ਦਲ ਨੂੰ ਇਹ ਲੱਗਦਾ ਕਿ ਜਿਹੜੀ ਨਫ਼ਰਤ ਤਾਂ ਕੋਈ ਗੱਲ ਨਹੀਂ ਪੰਜ ਦਿਨਾਂ ਦੀ ਖੇਡ ਆ ਪਰ ਪੰਜ ਸਾਲ ਤੇ ਕੈਪਟਨ ਦੇ ਨਿਕਲ ਗਏ ਪੰਜ ਸਾਲ ਭਗਵੰਤ ਮਾਨ ਦੇ ਨਿਕਲ ਜਾਣੇ 10 ਸਾਲ ਤੇ ਜਦੋਂ 10 ਸਾਲ ਕੋਈ ਵੀ ਜਿਹੜੀ ਖੇਤਰੀ ਪਾਰਟੀ ਸੱਤਾ ਤੋਂ ਬਾਹਰ ਹੋ ਜੇ ਨਾ ਜੀ ਉਹਦੇ ਵਜ ਜਾਂਦੇ ਆ ਵਾਜੇ ਕਿਉਂ ਵਜ ਜਾਂਦੇ ਇਕਨੋਮਿਕਲ ਮਾੜੀ ਤੌਰ ਤੇ ਮਾੜੀ ਹੋ ਜਾਂਦੀ ਹੈ ਵਰਕਰਾਂ ਦੇ ਤੌਰ ਤੇ ਮਾੜੀ ਹੋ ਜਾਂਦੀ ਹੈ ਇਕਨੋਮਿਕਲ ਇਹ ਹੈ ਮਾੜੀ ਹੋ ਜਾਂਦੀ ਕਿ ਕਬਾਜ ਤੁਹਾਡੇ ਦਫਤਰਾਂ ਦੇ ਵਿੱਚ ਕੰਮ ਨਹੀਂ ਬੋਲਦੇ ਕਾਹ ਕੀ ਬੋਲਦੇ ਕੰਮ ਵਿੱਠਾ ਵੀ ਨਹੀਂ ਕਰਦੇ ਤੇ ਜਿਹੜੇ ਵੱਡੇ ਇੰਡਸਟਰੀਅਲਿਸਟ ਨਾ ਉਹ ਫਿਰ ਫੰਡਿੰਗ ਨਹੀਂ ਕਰਦੇ ਤੇ ਜਦੋਂ ਫੰਡਿੰਗ ਨਹੀਂ ਹੁੰਦੀ ਚਾਰੇ ਪਾਸਿਓ ਉਦੋਂ ਫਿਰ ਪਾਰਟੀਆਂ ਭੁੱਖੀਆਂ ਮਰਦੇ ਕਿਸੇ ਜਮਾਨੇ ਭਾਰਤੀ ਜਨਤਾ ਪਾਰਟੀ ਭੁੱਖੀ ਮਰਦੀ ਸੀ ਇਸ ਟਾਈਮ ਦੁਨੀਆ ਦੀ ਸਭ ਤੋਂ ਰਿਚ ਅਮੀਰ ਹੋ ਗਈ ਕਿਉਂਕਿ ਫਿਰ ਵੱਡੇ ਵੱਡੇ ਇੰਡਸਟਰੀਅਲਿਸਟ ਉਦਯੋਗੀ ਘਰਾਨੇ ਤੁਹਾਨੂੰ ਫੰਡਿੰਗ ਬਹੁਤ ਦਿੰਦੇ ਨੇ ਤੇ ਕਾਲੀ ਦਲ ਦਾ ਵੀ ਆਏਗਾ ਕਿ ਕਾਲੀ ਦਲ ਨੇ ਇੱਕ ਹਿਸਟਰੀ ਕ੍ਰੀਏਟ ਕਰਦੀ ਕਿ ਸੁਬੀਸ਼ ਸਿੰਘ ਬਾਦਲ ਨੇ ਫੈਸਲਾ ਲਿਆ ਕਿ ਸੁਬੀਸ਼ ਸਿੰਘ ਬਾਦਲ ਹੀ ਅਗਲੇ 10 ਸਾਲ ਤੱਕ ਪ੍ਰਧਾਨ ਰਹਿਣਗੇ ਬਹੁਤ ਸ਼ੁਕਰੀਆ ਧੰਨਵਾਦ ਪ੍ਰੋਗਰਾਮ 16 ਨੇ ਸੱਚ ਵਿੱਚ ਇਨ੍ਹਾਂ ਦੋ ਵਿਸ਼ਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਸਾਨੂੰ ਉਮੀਦ ਹੈ ਕਿ ਕੁਝ ਅਜਿਹੇ ਤੱਥ ਔਰ ਜਈਆਂ ਗੱਲਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤੁਹਾਡੇ ਵੀ ਜਾਣਕਾਰੀ ਚ ਵਾਧਾ ਜ਼ਰੂਰ ਹੋਇਆ ਹੋਵੇਗਾ ਤੇ ਅਸੀਂ ਇਸੇ ਤਰ੍ਹਾਂ ਕੋਈ ਵੀ ਪਾਰਟੀ ਹੋਵੇ ਕੋਈ ਵੀ ਸਿਆਸੀ ਧਿਰ ਹੋਵੇ ਸਵਾਲ ਕਰਦੇ ਰਹਾਂਗੇ ਜਿੱਥੇ ਕਿਸੇ ਦੀ ਸਵਾਲ ਕਰਨ ਦੀ ਗੱਲ ਆਉਂਦੀ ਹੈ ਸਵਾਲ ਵੀ ਕਰਾਂਗੇ ਜਿਨ੍ਹਾਂ ਕਿਸੇ ਨੇ ਚੰਗਾ ਕੀਤਾ ਹੋਵੇਗਾ ਉਸ ਦੀ ਤਾਰੀਫ ਵੀ ਕੀਤੀ ਜਾਵੇਗੀ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਮੈਨੂੰ ਦਿਵਾ ਗਿਆ ਧੰਨਵਾਦ